हांजी दोस्तों स्वागत है ਤੁਹਾਡਾ ਸਬੀਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਤੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸ਼ੁਰੂਆਤ ਕਰਦੇ ਹਾਂ ਜੇ ਪਹਿਲੀ ਵੱਡੀ ਖਬਰ ਤੋਂ ਸੁਖਵੀਰ ਬਾਦਲ ਨੇ ਹਟਦੀ ਲਪੇਟ ਵਿੱਚ ਆਏ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ ਵਿધાનਸਭਾ ਖੇਤਰ ਬੱਲੂਆਣਾ ਦੇ ਅਧੀਨ ਕਰੀਬ 1 ਦਰਜਨ ਪਿੰਡਾਂ ਵਿੱਚ ਮੀਂਹ ਤੋਂ ਖਰਾਬ ਹੋਈਆਂ ਫਸਲਾਂ ਤੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਸੰਸਦ ਸੁਖਬੀਰ ਸਿੰਘ ਬਾਦਲ ਨੇ ਪਿੰਡ ਕੀਰਾ ਖੇੜਾ ਪੰਘਾਲਾ ਕੁੰਡਾਲਾ ਤੇ ਟਾਣੀ ਸੁੱਚਾ ਸਿੰਘ ਤੇ ਬਹਾਦਰ ਖੇੜਾ ਰਾਏਪੁਰਾ ਰਾਜਾਵਾਲੀ ਤੇ ਮੁਕੂਲਪੁਰਾ ਵੱਲਵਾਣਾ ਖੱਜਨ ਖੇੜਾ ਤੇ ਹੋਰ ਵੀ ਕਈ ਪਿੰਡਾਂ ਦੇ ਦੌਰੇ ਕੀਤੇ ਇਸ ਮੌਕੇ ਉਨਾੜੇ ਪੱਡ ਦੀਆਂ ਸਮੱਸਿਆਵਾਂ ਸੁਣੀਆਂ ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੀਂਹ ਦੇ ਪਾਣੀ ਦੇ ਲਪੇਟ ਵਿੱਚ ਆਏ ਕਿਸਾਨਾਂ ਦੇ ਬੈਂਕ ਕਰਜ਼ੇ ਮੁਆਫ ਕਰਨ 6 ਮਹੀਨੇ ਦਾ ਰਾਸ਼ਨ ਦੇਣ ਅਤੇ ਸਪੈਸ਼ਲ ਗੇਰਦਾਬਰੀ ਕਰਵਾ ਕੇ ਕਿਸਾਨਾਂ ਨੂੰ ਫੌਰੀ ਤੌਰ ਤੇ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਪਾਰਟੀ ਵਰਕਰ ਵੀ ਜਲਦ ਹੀ ਕਿਸਾਨਾਂ ਤੇ ਆਮ ਲੋਕਾਂ ਦੀ ਮਦਦ ਲਈ ਅੱਗੇ ਆਉਣਗੇ ਅਸਤਵਾਰ ਅਗਲੀ ਵੱਡੀ ਖਬਰ ਹੈ ਜੀ ਸੇਵਾ ਮੁਕਤ ਹੋਣ ਵਾਲੇ ਡਾਕਟਰਾਂ ਅਤੇ ਮਾਹਿਰਾਂ ਦੇ ਸੇਵਾ ਕਾਲ ਵਿੱਚ 3 ਮਹੀਨੇ ਦੇ ਵਾਧੇ ਦਾ ਐਲਾਨ ਕੋਵਿਡ ਦੇ ਵਾਧੇ ਮਾਮਲੇ ਦੇ ਮੱਦੇ ਨਜ਼ਰ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੇਵਾ ਮੁਕਤ ਹੋ ਰਹੇ ਡਾਕਟਰਾਂ ਤੇ ਮਾਹਿਰਾਂ ਦਾ ਸੇਵਾ ਕਾਲ 3 ਮਹੀਨੇ ਵਧਾਉਣ ਦਾ ਐਲਾਨ ਕੀਤਾ ਹੈ ਨਾਲ ਹੀ ਮੁੱਖ ਮੰਤਰੀ ਨੇ ਮੌਖ ਸਕੱਤਰ ਨੂੰ ਕੋਵਿਡ ਦੇ ਵਾਧੇ ਮਾਮਲਿਆਂ ਨੂੰ ਦੇਖਦਿਆਂ ਟੈਕਨੀਸ਼ੀਅਨਾਂ ਅਤੇ ਲੈਬ ਅਸਿਸਟੈਂਸਾਂ ਦੀ ਭਾਰਤੀ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਕੈਬਨਟ ਦੇ ਇੱਕ ਫੈਸਲੇ ਦੇ ਅਨੁਸਾਰ ਪਹਿਲਾਂ ਇਹਨਾਂ ਡਾਕਟਰਾਂ ਨੂੰ 30 ਸਤੰਬਰ ਤੱਕ ਦਾ ਵਾਅਦਾ ਪ੍ਰਦਾਨ ਕੀਤਾ ਗਿਆ ਸੀ ਜਿਸ ਨੂੰ ਕਿ ਹੁਣ 31 ਦਸੰਬਰ 2020 ਤੱਕ ਵਧਾ ਦਿੱਤਾ ਗਿਆ ਹੈ ਮਰੀਜ਼ਾਂ ਨੂੰ ਵੀ ਇੱਛਾ ਅਨੁਸਾਰ ਘਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ ਸਰਕਾਰ ਨੇ ਇਹ ਵੀ ਫੈਸਲਾ ਲੈ ਕੇ ਸਰਕਾਰੀ ਹਸਪਤਾਲਾਂ ਵੱਲੋਂ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਵਿਸ਼ੇਸ਼ ਖਾਣੇ ਦੀ ਲੋੜ ਹੈ ਉਹਨਾਂ ਨੂੰ ਇੱਛਾ ਅਨੁਸਾਰ ਘਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ ਤੇ ਇਸ ਘੜੀ ਵਿੱਚ ਘਰੇਲੂ ਕਾਂਟਵਾਸ ਕਵਾਰੈਂਟਾਈਨ ਬਿਜਲੇ ਗ੍ਰੀਪਰਵਾਰਾਂ ਨੂੰ ਵੀ ਖਾਣੇ ਦੇ ਪੈਕੇਟ ਦੀ ਵੰਡ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਸਮੂਹ ਸਰਕਾਰੀ ਲੈਬਸ ਨੂੰ RTPCR ਦਾ ਸਾਈਕਲ ਥ੍ਰੈਸ਼ਹੋਲਡ ਮੌਲ ਮਹੱਈਆ ਕਰਵਾਉਣਾ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਕਿਉਂਕਿ ਇਸ ਨਾਲ ਕੋਵਿਡ ਤੋਂ ਪੀੜਤ ਮਰੀਜ਼ ਦਾ ਇਲਾਜ ਕਰ ਰਹੇ ਡਾਕਟਰ ਨੂੰ ਮਹੱਤਵਪੂਰਨ ਜਾਣਕਾਰੀ ਮਿਲੇਗੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਜੀ ਆਈਐਸਆਈਡੀ ਰੂਸਾ ਆਲਮ ਚਲਾ ਰਹੀ ਹੈ ਪੰਜਾਬ ਨੂੰ ਭਗਵੰਤ ਮਾਨ ਆਪ ਮੁਖੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਰੋਧੀ ਦੱਸਿਆ ਜਾ ਰਿਹਾ ਤੇ ਜੋ ਦਿੱਲੀ ਦਾ ਸਫਲ ਮੁੱਖ ਮੰਤਰੀ ਸਾਬਤ ਹੋਇਆ ਤੇ ਪਰ ਇੱਥੇ ਪਾਕਿਸਤਾਨ ਦੀ ਖੂਫੀਆ ਏਜੰਸੀ ਦੀ ਰੂਸਾ ਆਲਮ ਪੰਜਾਬ ਨੂੰ ਚਲਾ ਰਹੀ ਤੇ ਕੈਪਟਨ ਸਾਹਿਬ ਦੱਸਣ ਦੇ ਦੇਸ਼ ਵਿਰੋਧੀ ਕੌਣ ਹੈ ਕਿਉਂਕਿ ਜਿੱਥੇ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਇਲਾਕਾ ਦੱਸ ਕੇ ਵੀਜ਼ਾ ਮਿਲਦਾ ਹੈ ਉੱਥੇ ਹੀ ਅਰੂਸਾ ਆਲਮ ਟੱਬਰ ਸਣੇ ਪੰਜਾਬ ਹੀ ਨਹੀਂ ਹਟੰਡੀਗੜ੍ਹ ਹਿਮਾਚਲ ਅਤੇ ਹੋਰ ਪਤਾ ਨਹੀਂ ਕਿੱਥੇ-ਕਿੱਥੇ ਘੁੰਮ ਰਹੀ ਹੈ ਤੇ ਇਹ ਸ਼ਬਦ ਉੱਥੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ ਕਹੇ ਗਏ ਹਨ ਤੇ ਜਿਨ੍ਹਾਂ ਨਾਲ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਹੋਪ ਵੀ ਆਪ ਦੇ ਆਗੂ ਸਮਲ ਸਨ ਤੇ ਮਾਨ ਨੇ ਅੱਗੇ ਕਿਹਾ ਕਿ ਕਾਂਗਰਸੀ ਜਿੱਥੇ ਮਹਾਰਾਣੀ ਪਰਨੀਤ ਕੌਰ ਦੀ ਚਮਚਾਗਰੀ ਕਰਦੇ ਹਨ ਉਸ ਤੋਂ ਜ਼ਿਆਦਾ ਅਰੂਸਾ ਆलम ਦੀ ਚਮਚਾਗਰੀ ਕੀਤੀ ਜਾ ਰਹੀ ਹੈ ਤੇ ਹੁਰਤਾ ਹੋਰ ਵੱਡੇ ਵੱਡੇ ਅਧਿਕਾਰੀ ਵੀ ਇਹ ਦੂਜੀ ਮਹਾਰਾਣੀ ਦੇ ਚਰਨਾਂ ਵਿੱਚ ਫੋਟੋਆਂ ਖਿਚਵਾ ਰਹੇ ਹਨ ਤਾਂ ਕਿ ਮੁਨਾਫੇ ਵਾਲਾ ਸਥਾਨ ਮਿਲ ਸਕੇ ਮਾਨ ਨੇ ਕਿਹਾ ਕਿ ਕੈਪਟਨ ਸਾਹਿਬ ਪਾਕਿਸਤਾਨੀ ਬੀਬੀ ਨੂੰ ਦੂਜੀ ਮਹਾਮਹਾਰਾਣੀ ਤੁਸੀਂ ਬਣਾਇਆ ਰੱਖਿਆ ਤੇ ਹਾਲਾਂਕਿ ਦੇਸ਼ ਵਿਰੋਧੀ ਕੇਜਰੀਵਾਲ ਨੂੰ ਤੁਸੀਂ ਕਹਿ ਰਹੇ ਹੋ ਤੇ ਉਹਨਾਂ ਨੇ ਕਹਿ ਕੇ ਕੈਪਟਨ ਸਾਹਿਬ ਤੁਹਾਡੇ ਪੁਰਖੇ ਅੰਗਰੇਜ਼ ਦੇ ਪਿੱਠੂ ਸਨ ਲੋਕ ਭੁੱਲੇ ਨਹੀਂ ਹੋਰ ਤਾਂ ਹੋਰ ਸੇਵਾ ਸੰਗਠਿ ਟਿੱਕਰੀਵਾਲ ਨੂੰ ਫਾਂਸੀ ਤੇ ਵੀ ਤੁਹਾਡੇ ਪੁਰਖਿਆਂ ਨੇ ਹੀ ਦਸਤਕ ਕਰਕੇ ਜਿਹੜਾ ਐਸੇ ਤੇ ਉਹਨਾਂ ਨੇ ਕਹਿ ਕੇ ਪਾਰਲੀਮੈਂਟ ਵਿੱਚ ਸਵਾਲ ਕਰਨਗੇ ਕਿ ਅਰੂਸਾ ਆਲਮ ਦਾ ਵੀਜ਼ਾ ਸਪਸ਼ਟ ਕੀਤਾ ਜਾਵੇ ਕਿ ਉਹ ਸਹੀ ਵੀਜ਼ਾ ਹੈ ਜਾਂ ਤਾਂ ਕਾਹੀ ਚੱਲ ਰਿਹਾ ਹੈ ਅਸਤਵਾਨ ਅਗਲੀ ਵੱਡੀ ਖਬਰ ਹੈ ਜੀ ਕਪੂਰਥਲਾ ਵਿੱਚ ਵੱਡੀ ਵਾਰਦਾਤ ਮਾਮੂਲੀ ਝਗੜੇ ਦੇ ਦੌਰਾਨ ਚੱਲੀਆਂ ਤਾਬੜ ਤੋੜ ਗੋਲੀਆਂ ਇੱਕ ਦੀ ਮੌਤ ਕਪੂਰਥਲਾ ਦੇ ਪਿੰਡ ਢੰਡਾਲ ਵਿੱਚ ਭੈਣ ਅਤੇ ਭਰਾ ਦਰਮਿਆਨ ਮੱਝਾ ਮੰਨਣ ਦੇ ਸਥਾਨ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਗੋਲਾਬਾਰੀ ਵਿੱਚ ਬਦਲ ਗਈ ਤੇ ਇਸ ਗੋਲਾਵਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਦਰਸਲ ਪਿੰਡ ਵਿੱਚ ਰਹਿਣ ਵਾਲੇ ਸਿਕੰਦਰ ਸਿੰਘ ਦਾ ਆਪਣੀ ਭੈਣ ਨਾਲ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਤੇ ਇਸ ਝਗੜੇ ਨੂੰ ਹੱਲ ਕਰਵਾਉਣ ਲਈ ਕੁਝ ਹੋਰ ਰਿਸ਼ਤੇਦਾਰ ਵੀ ਸ਼ਾਮਲ ਹੋਏ ਤੇ ਜਿਸ ਵਿੱਚ ਸਿਕੰਦਰ ਦਾ ਭਾਣਜਾ ਵੀ ਸ਼ਾਮਲ ਸੀ ਤੇ ਪਰ ਜਦੋਂ ਇਸ ਮਾਮਲੇ ਵਿੱਚ ਲਗਾਤਾਰ ਗੱਲ ਚੱਲ ਰਹੀ ਸੀ ਤੇ ਅਚਾਨਕ ਮਾਹੌਲ ਤਣਾਅਪੂਰਨ ਹੋ ਗਿਆ ਤੇ ਇਸ ਦਰਮਿਆਨ ਰਾਜੇ ਨਾਮੀ ਆਇਲ ਇੱਕ ਵਿਅਕਤੀ ਰਿਸ਼ਤੇਦਾਰ ਨੇ ਆਪਣੇ ਕੁਝ ਸਾਥੀਆਂ ਨਾਲ ਐ ਮਿਲ ਕੇ ਦੂਜੇ ਪੱਖ ਤੇ ਆਪਣੀ ਬੰਦੂਕ ਨਾਲ ਤਾਵੜਤੂਲ ਗੋਲੀਆਂ ਚਲਾਉਣਾ ਸ਼ੁਰੂ ਕਰ ਦੇਣਾ ਤੇ ਇਸ ਦੇ ਨਾਲ ਹੀ ਦਾਤਰ ਨਾਲ ਵੀ ਹਮਲਾ ਕਰ ਦਿੱਤਾ ਤੇ ਉਕਤ ਵਿਅਕਤੀ ਅਤੇ ਦੂਜਾ ਦੁਆਰਾ ਬੰਦੂਕ ਦੁਆਰਾ ਕਿਤਲਾਈਆਂ ਗਈਆਂ ਗੋਲੀਆਂ ਦੇ ਕੋਸ਼ਿਸ਼ ਕੀਤੀ ਕਿਤੇ ਜਲਦਬਾਜੀ ਵਿੱਚ ਆਪੋ ਆਪਣੇ ਜਿਹੜੇ ਕਿ ਲਗਾਤਾਰ ਗੋਲੀ ਚੱਲੀ ਅਤੇ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੇ ਜਲੰਧਰ ਜ਼ਿਲ੍ਹੇ ਵਿੱਚ ਫਿਰ ਤੋਂ ਕੋਰੋਨਾ ਨੇ ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਮਿਲੇ ਤੇ ਅੰਕੜਾ ਪੁੱਜਾ 8000 ਤੋਂ ਪਾਰ ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਬੇਕਾਬੂ ਹੋ ਚੁੱਕਾ ਹੈ ਤੇ ਰੋਜ਼ਾਨਾ ਜਲੰਧਰ ਜ਼ਿਲ੍ਹੇ ਵਿੱਚ 200 ਤੋਂ ਵਧੇਰੇ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਕੱਲ ਦੇਰ ਸ਼ਾਮ ਤੱਕ ਫਿਰ ਕੋਰੋਨਾ ਦਾ ਧਮਾਕਾ ਹੋਇਆ ਤੇ ਇੱਥੋਂ ਇੱਕ ਬੈਂਕ ਦੇ 6 ਕਾਮਿਆਂ ਸਮੇਤ 207 ਦੀ ਰਿਪੋਰਟ ਪੋਜ਼ੀਟਿਵ ਪਾਏ ਗਿਆ ਤੇ ਇਹਦੇ ਨਾਲ ਹੀ ਦੋ ਮਰੀਜ਼ कोरोना खिलाफ जंग लड़ਦੇ ਹੋਏ ਮੌਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਇਹਦੇ ਨਾਲ ਹੀ ਜਲੰਧਰ ਜ਼ਿਲ੍ਹੇ ਵਿੱਚ ਪੋਜ਼ਿਟਿਵ ਕੇਸਾਂ ਦਾ ਅੰਕੜਾ 8000 ਤੋਂ ਵੀ ਪਾਰ ਹੋ ਚੁੱਕਿਆ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੇ ਫੈਲਾਅ ਦੌਰਾਨ ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਸਖਤ ਹੁਕਮ ਕੋਰੋਨਾ ਮਹਾਮਾਰੀ ਮੇਂ ਮਾਰੇ ਗੁੰਮਰਾਹਕੁਨ ਜਾਣਕਾਰੀ ਦੇਣ ਵਾਲਿਆਂ ਖਿਲਾਫ ਸਿਕੰਜਾ ਕੱਸਦੇ ਹੋਏ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀਜੀਪੀ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਤੇ ਮਹਾਮਾਰੀ ਬਾਰੇ ਲੋਕਾਂ ਵਿੱਚ ਅਫਵਾਹਾਂ ਫਲਾਉਣ ਵਾਲੇ ਤੇ ਕੋਰ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈਬ ਚੈਨਲਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕੈਪਟਨ ਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਕਿ ਇਹ ਵੀ ਆਖਿਆ ਕਿ ਵਿਦੇਸ਼ਾਂ ਵਿੱਚ ਸਰਗਰਮ ਭਾਰਤ ਵਿਰੋਧੀ ਤੱਤਾ ਵੱਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ ਤੇ ਅਜਿਹੇ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਜਾਣ ਭਾਵੇਂ ਉਹ ਕਿਸੇ ਵੀ ਕੋਨੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਤੇ ਵੈਬ ਚੈਨਲਾਂ ਤੇ ਗੁੰਮਰਾਹਕੁਨ ਪ੍ਰਚਾਰ ਤੇ ਫਵਾਹਾਂ ਫੁਲਾ ਰਹੇ ਹਨ ਤੇ ਇਹ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਕੈਪਟਨ ਦਾ ਮਹਿਲ ਕੀ ਰਣ ਜਾ ਰਹੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਤੇ लाठी चार्ज ਬੈਂਸ ਦੇ ਵੀ ਪਾਇਏ ਨੀਲ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਮਸ਼ੇਤੂ ਨੂੰ ਮంత్రి ਮੰਡਲ ਵਿੱਚੋਂ ਬਰਖਾਸਤ ਕਰਕੇ ਉਸਦੇ ਮਾਮਲਾ ਦਰਜ ਕਰਨ ਨੂੰ ਲੈ ਕੇ ਇੱਥੇ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਵੈਂਸ ਅਤੇ ਉਹਨਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਵੈਂਸ ਦੀ ਅਗਵਾਈ ਵਿੱਚ ਮੋਤੀ ਮਹਿਲ ਦਾ ਘੇਰਾਓ ਕਰਨ ਜਾਂਦੇ ਸੈਂਕੜੇ ਪਾਰਟੀ ਵਰਕਰਾਂ ਨੂੰ ਵੀਪੀਐਸ ਚੌਕ ਕੋਲ ਪੁਲਿਸ ਨੇ ਹੀ ਘੇਰ ਕੇ ਡਾਂਗਾ ਨਾਲ ਬੁਰੀ ਤਰ੍ਹਾਂ ਕੋਟਿਆ ਤੇ ਇਸ लाਠੀ ਚਾਰਜ ਵਿੱਚ ਕਈਆਂ ਦੀਆਂ ਪੱਗਾਂ ਉਤਰ ਗਈਆਂ ਤੇ ਵੈਂਸ ਸਮੇਤ ਕਈ ਸਾਰੇ ਕਾਰਕੁਨ जख्मी ਹੋ ਗਏ ਤੇ ਪੁਲਿਸ ਦਾ लाठी चार्ज ਅਤੇ ਸੰਘਰਸ਼ਕਾਰੀ ਔਰਤਾਂ ਨੂੰ ਵੀ ਨਹੀਂ ਬਖਸਿਆ ਤੇ ਉਹਨਾਂ ਨੇ ਵੀ ਡਾਂਗਾ ਮਾਰਿਆ ਤੇ ਬਾਅਦ ਵਿੱਚ ਬੈਂਸ ਭਰਾ ਸਮੇਤ 15 ਦੇ ਕਰੀਬ ਸੰਘਰਸ਼ਕਾਰੀਆਂ ਨੂੰ ਹਰਿਆਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਗਿਆ ਤੇ ਇਸ ਮੌਕੇ ਸਿਮਰਨਜੀਤ ਸਵੈੰਸ ਨੇ ਐਲਾਨ ਕੀਤਾ ਹੈ ਕਿ ਜੇਕਰ ਸਾਧੂ ਸੰਗਤ ਧਰਮ ਸੋਤ ਬਰਖਾਸਤ ਨਾ ਕੀਤਾ ਤਾਂ ਉਹ ਦਲਿਤ ਮੰਤਰੀਆਂ ਤੇ ਵਿਧਾਇਕਾਂ ਦਾ ਹੋਰਾਂ ਦਾ ਵੀ ਘਰਾਓ ਕਰਨਗੇ ਤੇ ਕੱਲ ਉਹਨਾਂ ਨੇ ਲੋਕ ਇਨਸਾਫ ਪਾਰਟੀ ਦੇ ਕਾਰਨ ਕੋਰਨ ਪਟਿਆਲਾ ਦੇ ਮਿੰਨੀ ਸਕਾਤਰੇ ਤਰ ਰੋਡ ਤੇ ਇਕੱਤਰਤ ਹੋਣੇ ਸ਼ੁਰੂ ਹੋਏ ਸਨ ਤੇ ਪਟਿਆਲਾ ਅੰਦਰ ਦਾਖਲ ਹੋਣ ਲਈ ਮੁੱਖਮਾ ਸੜਕਾਂ ਤੇ ਪੁਲਿਸ ਨੇ ਭਾਰੀ ਤਣਾਤੀ ਕਰਕੇ ਨਾਕੇ ਲਗਾਏ ਹੋਏ ਸਨ ਤੇ ਫਿਰ ਵੱਡੀ ਗਿਣਤੀ ਵਿੱਚ ਪਟਿਆਲਾ ਅੰਦਰ ਵਿੱਚ ਦਾਖਲ ਹੋ ਤੇ ਇਨ੍ਹਾਂ ਇਥੇ ਤਕਰੀਰਾਂ ਹੋਣ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ ਬਲਵਿੰਦਰ ਸਿੰਘ ਬੈਂਸ ਅਤੇ ਹੋਰ ਪਾਰਟੀ ਆਗੂ ਸਮੇਤ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਜਿਸ ਤੋਂ ਬਾਅਦ ਜਿਹੜਾ ਕਿ ਲਾਠੀ ਚਾਰਜ ਸ਼ੁਰੂ ਕੀਤਾ ਗਿਆ ਅਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਸਰਕਾਰ ਦਾ ਨਵਾਂ ਹੁਕਮ ਹੁਣ ਸਿਰਫ ਐਤਵਾਰ ਨੂੰ ਹੀ ਹੋਵੇਗੀ ਤਾਲਾਬੰਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦਿੰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਗਏ ਅਤੇ ਇਹਨਾਂ ਨਵੇਂ ਹੁਕਮਾਂ ਦੌਰਾਨ ਸੂਬੇ ਵਿੱਚ ਹੁਣ ਦੋ ਦਿਨ ਸ਼ਨੀਵਾਰ ਐਤਵਾਰ ਹੋਣ ਵਾਲੀ ਤਾਲਾਬੰਦੀ ਸਿਰਫ ਐਤਵਾਰ ਨੂੰ ਹੀ ਕੀਤੀ ਜਾਵੇਗੀ ਕਾਂਗਰਸ ਦੇ ਕਈ ਵਿਧਾਇਕਾਂ ਤੇ ਮੈਡੀਕਲ ਮਾਹਿਰਾਂ ਦੁਆਰਾ ਦਿੱਤੇ ਗਏ ਸੂਚਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਸ਼ਹਿਰੀ ਖੇਤਰਾਂ ਵਿੱਚ ਕੁਝ ਰਾਹਤ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ ਸ਼ਨੀਵਾਰ ਨੂੰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲਣਾ ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰਾਤ 9 ਵਜੇ ਤੱਕ ਅਤੇ ਉਹਨਾਂ ਨੂੰ ਸਮੇਂ ਵਿੱਚ ਰਾਹਤ ਦੇਣਾ ਸ਼ਾਮਲ ਹੈ ਤੇ ਸੋਦੇ ਗਏ ਫੈਸਲੇ ਅਨੁਸਾਰ ਸਾਰੇ ਸ਼ਹਿਰਾਂ ਕਸਬਿਆਂ ਵਿੱਚ ਹੁਣ ਰਾਤ 9:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ ਹੋਟਲਾਂ ਰੈਸਟੋਰੈਂਟਾਂ ਨੂੰ ਸਾਰੇ ਦਿਨਾਂ ਦੌਰਾਨ ਜਿਨ੍ਹਾਂ ਵਿੱਚ ਐਤਵਾਰ ਵੀ ਸ਼ਾਮਲ ਹੋਵੇਗਾ ਰਾਤ 9 ਵਜੇ ਤੱਕ ਖੁੱਲੇ ਰਹਿਣ ਦੀ ਇਜਾਜ਼ਤ ਹੋਵੇਗੀ ਤੇ ਇਸ ਸਮੇਂ ਤੋਂ ਬਾਅਦ ਖਾਣੇ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੋਵੇਗੀ ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਮੁਹਾਲੀ ਵਿੱਚ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਖੁੱਲੇ ਜਾਣੋ ਵੀ ਬਾਕੀ ਦੀ ਟਰਾਈ ਸਿਟੀ ਭਾਵ ਚੰਡੀਗੜ੍ਹ ਤੇ ਪੰਚਕੂਲਾ ਨਾਲ ਜੋੜਿਆ ਜਾਵੇ ਤੇ ਇਹਨਾਂ ਫੈਸਲਿਆਂ ਦਾ ਐਲਾਨ ਮੁੱਖ ਮੰਤਰੀ ਵੱਲੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਕੋਵਿਡ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸੱਦੀ ਮੀਟਿੰਗ ਦੇ ਦੌਰਾਨ ਮੌਕੇ ਤੇ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਮੀਟਿੰਗ ਮੌਕੇ ਦੱਸਿਆ ਹੈ ਕਿ ਡਾਕਟਰ ਕੇਕੇ ਤਲਵਾਰ ਜੋ ਕਿ ਕੋਵਿਡ ਸਬੰਧੀ ਸੂਬਾ ਸਰਕਾਰ ਦੇ ਮਾਹਿਰ ਗਰੁੱਪ ਦੇ ਮੁਖੀਆਂ ਤੇ ਸਮੂਹ ਸਾਵਧਾਨੀਆਂ ਨਾਲ ਇਹ ਰਾਤ ਦੇਣ ਦੀ ਸਲਾਹ ਦਿੱਤੀ ਅਤੇ ਦੁਕਾਨਦਾਰਾਂ ਵੱਲੋਂ ਕਾਫੀ ਲੰਬੇ ਸਮੇਂ ਲਈ ਉਹਨਾਂ ਨੇ ਦੁਕਾਨਾਂ ਬੰਦ ਰਹਿਣ ਦੇ ਬਾਵਜੂਦ ਭਾਰੀ ਬਿੱਲ ਆਉਣ ਦੀਆਂ ਸ਼ਿਕਾਇਤਾਂ ਬਾਰੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬੀਤੇ ਬਰੇ ਦੇ ਔਸਤ ਦੇ ਹਿਸਾਬ ਨਾਲ ਬਿੱਲ ਨਾ ਲਈ ਜਾਣ ਸਗੋ ਬਿੱਲ ਅਸਲ ਵਿੱਚ ਜਿਹੜੇ ਕੀ ਹਨ ਉਹ ਭੇਜੇ ਜਾਣ ਕੈਪਟਨ ਅਮਰਨਸ ਅੰਗਨੇ ਐਸਮੋਕੇ ਪੋਜਿਟਿਵ ਹੋਣ ਵਾਲੇ ਉਸਾਰੀ ਖੇਤਰ ਦੇ ਕਾਮਿਆਂ ਲਈ ਜਾਂ ਜਿਨ੍ਹਾਂ ਦੇ ਨੇੜੇ ਪਰਿਵਾਰ ਵੀ ਪੋਜਿਟਿਵ ਹਨ ਤੇ ਕਾਂਤਵਾਸ ਕੀਤੇ ਗਏ ਹਨ ਤੇ ਲਈ 1500 ਰੁਪਏ ਨਕਦ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਪੋਜਿਟਿਵ ਆਏ ਗਰੀਵ ਮਰੀਜ਼ਾਂ ਨੂੰ ਖਾਣੇ ਦੇ ਪੈਕੇਟ ਮੁਫਤ ਵੰਡਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਜੋ ਕਿ ਘਰੇਲੂ ਕਾਂਤਵਾਸ ਦੌਰਾਨ ਘੱਟੋ-ਘੱਟ 7 ਤੋਂ 10 ਦਿਨਾਂ ਲਈ ਉਨਾ ਕੋਲ ਭਰਪੂਰ ਮਾਤਰਾ ਵਿੱਚ ਰਸਨ ਹੋਵੇ ਤੇ ਮੀਟਿੰਗ ਦੌਰਾਨ ਕੈਪਟਨ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਮਾਜ ਵਿਰੋਧੀ ਤੱਤਾ ਤੇ ਆਮ ਆਦਮੀ ਪਾਰਟੀ ਆਪ ਵੱਲੋਂ ਕੋਵਿਡ ਟੈਸਟਿੰਗ ਅਤੇ ਅੰਗਾਂ ਨੂੰ ਕੱਢੇ ਜਾਣ ਬਾਰੇ ਸਬੰਧਿਤ ਕੀਤੇ ਜਾ ਰਹੇ ਨਕਾਰਾਤਮਕ ਪ੍ਰਚਾਰ ਦਾ ਠੋਕਮਾ ਜਵਾਬ ਦਿੱਤਾ ਜਾਵੇ ਤੇ ਉਹਨਾਂ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਆਪੋ ਆਪਣੇ ਹਲਕਿਆਂ ਵਿੱਚ ਵਰਕਰਾਂ ਤੇ ਸਰਪੰਚਾਂ ਆਦਿ ਰਾਹੀ ਲੋਕਾਂ ਤੱਕ ਪਹੁੰਚ ਬਣਾਉਣ ਅਤੇ ਸਿਹਤ ਸੰਬੰਧੀ ਸਮੂਹ ਸਾਵਧਾਨੀਆਂ ਦਾ ਇਨ ਬੈਨ ਪਾਲਣ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਤੇ ਹਿੱਤ ਸਰਪੰਚਾਂ ਨੂੰ ਮੋਹਰੀ ਹੋ ਕੇ ਮਿਸਾਲੀ کردار ਨਿਭਾਉਣ ਲਈ ਕਿਹਾ ਗਿਆ ਹੈ ਇਹ ਸਨ ਜੀ ਹੁੰਦੀਆਂ ਪੰਜਾਬ ਭਾਰਤ ਦੀਆਂ ਵੱਡੀਆਂ ਖਬਰਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਪਣੇ ਫੇਸਬੁੱਕ WhatsApp ਗਰੁੱਪਾਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਤਾਂ ਕਿ ਤਾਜ਼ਾ ਖਬਰਾਂ ਦੀ ਜਾਣਕਾਰੀ ਹਰੇਕ ਪੰਜਾਬ ਵਸਤੱਕ ਪਹੁੰਚੇ ਧੰਨਵਾਦ